तन तन सतगुरु नारायण साहिब दी तन तन पिता तन तन कुल तन तन सतगुरु संगता साहिब दी तन तन सोजननी तन तन माता संभो जी तन तन सो जननी जिन गुर जनिया माए तन तन गुरु जिन नाम आराध्या तन तन सतगुरु साधु राम जी तन तन गुरु जिन नाम आराध्या आप तरिया जिने डिठा तिना ले चढ़ाए हर सतगुर मेलो सतगुर मेलो दया कर जन नानक तो है पाए तन तन अमारे तन तन अमारे कर आया रसना पवित्र करो प्यार नाल जयकारा लगाओ धन धन सतगुरु साधु राम साहेब आप जी दी सदाई जय आज सतगुरां दा रल मिल के 176वां प्रकाश उत्सव ਭਾਗਾਂ ਭਰਿਆ ਦਿਨ ਖੁਸ਼ੀਆਂ ਵਾਲਾ ਦਿਨ ਅੱਜ ਕਿਤਨੀ ਖੁਸ਼ੀ ਹੈ
ਸਤਿਗੁਰੂ ਸੰਗਤਾਂ ਸਾਹਿਬ ਜੀ ਦੇ ਕੁੱਲ ਵਿੱਚ, ਸਤਿਗੁਰੂ ਨਾਰਾਇਣ ਦਾਸ ਜੀ ਦੇ ਗ੍ਰਹਿ ਵਿਖੇ, ਮਾਤਾ ਸੰਭੋ ਜੀ ਅਤੇ ਸਾਰੀਆਂ ਸੰਗਤਾਂ ਅੱਜ ਰੱਜ ਕੇ ਖੁਸ਼ੀਆਂ ਮਨਾ ਰਹੇ ਹਨ। ਐਸਾ ਸੁਹਾਵੜਾ ਸਮਾਂ ਆਇਆ ਹੈ, ਆਪ ਸਤਿਗੁਰੂ ਸਤਿਗੁਰੂ ਸਾਧੂ ਰਾਮ ਜੀ ਦੇ ਰੂਪ ਵਿੱਚ ਇਸ ਧਰਤੀ 'ਤੇ ਕਲਯੁਗੀ ਜੀਵਾਂ ਦਾ ਉਧਾਰ ਕਰਨ ਲਈ, ਸੰਗਤਾਂ ਨੂੰ ਨਾਮ ਦੀਆਂ ਬਖਸ਼ਿਸ਼ਾਂ ਕਰਨ ਲਈ ਪ੍ਰਗਟੇ ਹਨ ਅਤੇ ਸਤਿਗੁਰਾਂ ਦਾ ਉੱਚਾ ਅਤੇ ਸੁੱਚਾ ਜੀਵਨ ਕੈਸਾ ਇਸ ਘਰ ਦਾ ਰਾਹ ਹੈ, ਕੈਸੀ ਇਸ ਘਰ ਦੀ ਸੀਖ ਹੈ ਕਿ ਇੱਕ ਐਸਾ ਸਮਾਂ ਚੇਤੇ ਕਰੀਏ ਕਿ ਘਰ ਵਿੱਚ ਕੋੜਮ ਸ਼ੰਕਰ ਸਿੰਘ ਬਤਰਾ ਆਇਆ ਅਤੇ ਲੰਗਰ ਦਾ ਸਮਾਂ ਸੀ। ਮਾਤਾ ਜੀ ਨੇ ਕਿਹਾ ਵੀ ਹੁਣ ਲੰਗਰ ਛਕਾਉਣਾ ਹੈ, ਤਾਂ ਦੇਖਿਆ ਗੁਰਸਿੱਖ ਭਾਈ ਦੇਵਾ ਸਿੰਘ ਵੀ ਆ, ਹੁਣ ਕੋੜਮ ਵੀ ਬੈਠੇ ਹਨ ਅਤੇ ਗੁਰਸਿੱਖ ਭਾਈ ਦੇਵਾ ਸਿੰਘ ਵੀ ਬੈਠੇ ਹਨ। ਮਾਤਾ ਜੀ ਨੇ ਅੰਦਰੋਂ ਦੋ ਥਾਲੀਆਂ ਅਤੇ ਦੇਖਿਆ ਕਿ ਕੋੜਮ ਆਏ ਹਨ, ਹਾਲੀ ਰਿਸ਼ਤਾ ਹੋਇਆ ਹੈ, ਹਾਲੀ ਅੱਗੋਂ ਫੇਰੇ ਵੀ ਹੋਣੇ, ਹਾਲੀ ਕੇਵਲ ਸੰਬੰਧ ਬਣਿਆ ਅਤੇ ਕੁੜਮ ਦਾ ਖਾਤਰਦਾਰੀ ਥੋੜ੍ਹੀ ਜ਼ਿਆਦਾ ਕੀਤੀ ਜਾਂਦੀ ਸੀ। ਇਹ ਸੰਸਾਰ ਦਾ ਨਿਯਮ ਸਾਡੇ ਘਰਾਂ 'ਚ ਵੀ, ਅਤੇ ਮਾਤਾ ਜੀ ਨੇ ਥਾਲੀ ਵਿੱਚ ਉਚੇਚ ਕਰਕੇ ਕੁਛ ਚੀਜ਼ਾਂ ਰੱਖੀਆਂ ਅਤੇ ਅੰਦਰ ਦੋ ਥਾਲੀਆਂ ਭੇਜੀਆਂ ਅਤੇ ਸਤਿਗੁਰੂ ਸਾਧੂ ਰਾਮ ਜੀ ਕੀ ਕਰਦੇ ਹਨ, ਉਹ ਜਿਹੜੀ ਥਾਲੀ ਜਿਸ ਦੇ ਵਿੱਚ ਉਚੇਚ ਕਰਕੇ ਹੋਰ ਸੇਵਾ ਹੋ ਰਹੀ ਹੈ, ਉਸ ਨੂੰ ਗੁਰਸਿੱਖ ਦੇਵਾ ਸਿੰਘ ਦੇ ਅੱਗੇ ਰੱਖਦੇ ਹਨ ਅਤੇ ਜਿਹੜੀ ਸਧਾਰਨ ਥਾਲੀ ਹੈ ਉਹ ਆਪਣੇ ਕੁੜਮ ਸ਼ੰਕਰ ਸਿੰਘ ਬਤਰਾ ਦੀ। ਹੁਣ ਮਾਤਾ ਜੀ ਇਸ਼ਾਰਾ ਕਰ ਰਹੇ ਹਨ, ਸਤਿਗੁਰੂ ਜੀਓ ਇਹ ਥਾਲੀ ਤੁਹਾਡੇ ਕੋਲ ਅੱਗੇ ਪਿੱਛੇ ਹੋ ਗਈ ਹੈ ਥੋੜ੍ਹਾ, ਅਤੇ ਸਤਿਗੁਰੂ ਜੀ ਹੱਥ ਦੇ ਇਸ਼ਾਰੇ ਨਾਲ ਉਸ ਲੰਗਰ ਛਕਾਇਆ ਗਿਆ ਅਤੇ ਮਾਤਾ ਜੀ ਨੇ ਕਿਹਾ ਵੀ ਅਸੀਂ ਤਾਂ ਥਾਲੀਆਂ ਇਸ ਕਰਕੇ ਭੇਜੀਆਂ ਸੀ ਕਿ ਕੁੜਮਚਾਰੀ ਦਾ ਵੀ ਦੇਖੋ ਰਿਸ਼ਤਾ ਹੈ, ਦੁਨੀਆਦਾਰੀ ਵਾਲੇ ਅਸੀਂ ਹਾਂ ਅਤੇ ਸਤਿਗੁਰੂ ਸਾਧੂ ਰਾਮ ਜੀ ਜਿਨ੍ਹਾਂ ਨੇ ਇਸ ਘਰ ਨੂੰ ਬਾਰੀਕੀ ਦੇ ਨਾਲ ਦੇਖਿਆ, ਜਿਨ੍ਹਾਂ ਨੇ ਸਤਿਗੁਰੂ ਬਾਲਕ ਸਿੰਘ ਜੀ ਦੀ ਬਖਸ਼ਿਸ਼ਾਂ ਨੂੰ ਆਪ ਦੇਖਿਆ, ਉਹਨਾਂ ਦੇ ਦਰਸ਼ਨ ਕੀਤੇ, ਸਤਿਗੁਰੂ ਸੰਗਤਾਂ ਸਾਹਿਬ ਜੀ ਦਾ ਕਮਾਲ ਦਾ ਜੀਵਨ ਦੇਖਿਆ, ਕੈਸੇ ਨਾਮ ਸਿਮਰਨ ਦੇ ਨਾਲ ਅਤੇ ਸੇਵਾ ਦੇ ਨਾਲ ਜੁੜੇ, ਕੈਸੇ ਆਪਣੇ ਪਿਤਾ ਸਤਿਗੁਰੂ ਸਤਿਗੁਰੂ ਨਾਰਾਇਣ ਦਾਸ ਜੀ ਫਿਰ ਉਹ ਆਪ ਮਾਲਕ ਬਣੇ ਅਤੇ ਕਹਿਣ ਲੱਗੇ ਇਸ ਘਰ ਦੇ ਵਿੱਚ ਗੁਰਸਿੱਖਾਂ ਨੂੰ ਕੁੜਮਾਂ ਤੋਂ ਉੱਤੇ ਮਾਣ ਦੇਣਾ, ਗੁਰਸਿੱਖ ਗੁਰਪਾਈ ਇਸ ਘਰ ਵਿੱਚ ਸਭ ਤੋਂ ਉੱਚਾ ਗਿਣਿਆ ਜਾਂਦਾ, ਜੋ ਬਾਣੀ ਵਿੱਚ ਹੁਕਮਨਾਮਾ ਆਇਆ ਨਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀਖਤ। ਸਤਿਗੁਰਾਂ ਨੇ ਇੱਕ ਇੱਕ ਅੱਖਰ ਚੱਲ ਕੇ ਦੱਸਿਆ, ਐਸਾ ਜੀਵਨ ਜਿਨ੍ਹਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ, ਕਹਿੰਦੇ ਨੇ ਇਹ ਸਾਡਾ ਗੁਰਸਿੱਖ ਹੈ, ਇਹ ਗੁਰਪਾਈ ਹੈ, ਉਸ ਦੀ ਸੇਵਾ ਸਭ ਤੋਂ ਪਹਿਲੇ ਅਤੇ ਸਭ ਤੋਂ ਉੱਚੀ। ਐਸੇ ਸਤਿਗੁਰਾਂ ਦੀ ਛਤਰ ਛਾਇਆ ਗੋਦ ਵਿੱਚ ਅਸੀਂ ਬੈਠੇ ਹਾਂ, ਜਿਨ੍ਹਾਂ ਦਾ ਆਪਣਾ ਇਤਨਾ ਸੱਚਾ ਅਤੇ ਸੁੱਚਾ ਜੀਵਨ
ਅਤੇ ਕਿਸੇ ਦੇ ਘਰ ਵੀ ਗਏ ਅਤੇ ਪਿਆਰ ਦੇ ਨਾਲ ਜੇ ਲੰਗਰ ਪਾਣੀ ਛਕਣਾ ਪੈ ਗਿਆ ਗੁਰਸਿੱਖ ਦੇ ਪਿਆਰ ਨੂੰ ਮੁੱਖ ਰੱਖਦੇ ਹੋਏ ਤਾਂ ਪਹਿਲੇ ਜਿਹੜਾ ਹੈ ਚਟਾਈ ਦੇ ਥੱਲੇ ਮਾਇਆ ਰੱਖਦੇ ਗੁਰਸਿੱਖ ਨੂੰ ਨਹੀਂ ਪਤਾ ਦੱਸਣ ਖੁਦਾ ਪਿੰਡ ਵਿੱਚ ਸੀ ਨਾ ਉਹੀ ਗੁਰਸਿੱਖ ਉਹ ਇਹ ਘਰ ਅੱਜ ਖੁਸ਼ੀਆਂ ਵਾਲਾ ਦਿਨ ਭਾਗਾਂ ਵਾਲਾ ਦਿਨ ਅਸੀਂ ਮਨਾ ਰਹੇ ਹਾਂ ਕੱਲ੍ਹ ਪੂਰਨਮਾਸ਼ੀ ਨੂੰ ਸਤਿਗੁਰਾਂ ਦਾ ਅਵਤਾਰ ਦਿਵਸ ਹੋਇਆ ਅੱਜ ਸਮੂਹ ਸੰਗਤਾਂ ਮਿਲ ਕੇ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਦੂਤੇ ਦੈਨ ਪਿਆ ਗੋਬਿੰਦ ਪ੍ਰਗਟਾਇਆ ਕਿਉਂਕਿ ਜਦੋਂ ਰੋਸ਼ ਸੂਰਜ ਖਿੜਦਾ ਹੈ ਨਾ ਤਾਂ ਸੂਰਜ ਦੀ ਰੋਸ਼ਨੀ ਦੇ ਨਾਲ ਅੰਧੇਰਾ ਦੂਰ ਹੁੰਦਾ ਹੈ ਅਤੇ ਸਤਿਗੁਰਾਂ ਦੇ ਪ੍ਰਕਾਸ਼ ਦੇ ਨਾਲ ਉਹ ਗਿਆਨ ਦਾ ਸਰੂਪ ਹੁੰਦੇ ਹਨ ਸਤਿਗੁਰੂ ਜਿਹੜਾ ਹੈ ਉਹ ਗਿਆਨ ਦਾ ਭੰਡਾਰ ਹੈ ਉਹ ਸੁੱਖਾਂ ਦਾ ਭੰਡਾਰ ਹੈ ਉਹ ਆਨੰਦ ਦਾ ਸਾਗਰ ਹੈ ਉਹ ਫਿਰ ਜਦੋਂ ਆਉਂਦੇ ਹਨ ਤਾਂ ਸੰਸਾਰ 'ਤੇ ਗਿਆਨ ਸੰਸਾਰ 'ਤੇ ਸੁੱਖ ਸੰਸਾਰ 'ਤੇ ਰਹਿਮਤਾਂ ਵਰਤਾਉਂਦੇ ਹਨ ਉਹਨਾਂ ਦੇ ਆਉਣੇ ਦੇ ਨਾਲ ਸਾਰੇ ਸੰਸਾਰ ਵਿੱਚ ਅੱਜ ਖੁਸ਼ੀਆਂ ਹੀ ਖੁਸ਼ੀਆਂ ਖੇੜੇ ਹੀ ਖੇੜੇ ਛਾ ਰਹੇ ਹਨ ਇੱਥੇ ਵੀ ਆਓ ਜਾ ਪਰਿਵਾਰ ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰੂ ਸੇਵਾ ਰਾਮ ਜੀ ਨੇ ਕਿਸੇ ਵਕਤ ਵਚਨ ਕੀਤਾ ਸੀ ਕਿ ਆਪ ਜੀ ਦੇ ਘਰ ਪੂਰਨਮਾਸ਼ੀ ਕਰਾਂਗੇ ਅਤੇ ਕਹਿ ਰਹੇ ਸੀ ਕਿ ਤਾਂ ਵੀ ਸਤਿਗੁਰੂ ਸਾਧੂ ਰਾਮ ਜੀ ਦੇ ਹੀ ਪ੍ਰਕਾਸ਼ ਉਤਸਵ ਦੀ ਪ੍ਰਵਾਨਗੀ ਹੋ ਰਹੀ ਸੀ ਅਤੇ ਅੱਜ ਉਹ ਵਚਨ ਸਾਧੂ ਬੋਲੇ ਸਹਿ ਸੁਭਾਏ ਅਤੇ ਸਾਧੁਕਾ ਬੋਲਿਆ ਬਿਰਥਾ ਨਜ਼ਰ ਉਹੀ ਰੂਪ ਅੱਜ ਉਸ ਵਚਨ ਨੂੰ ਸੰਪੂਰਨਤਾ ਕਰਦੇ ਹੋਏ ਅਤੇ ਆਹੂਜਾ ਪਰਿਵਾਰ ਵੀ ਕਿਸ ਤਰ੍ਹਾਂ ਸਤਿਗੁਰਾਂ ਦੇ ਆਉਣ ਦੀ ਖੁਸ਼ੀ 'ਚ ਕਹਿ ਰਹੇ ਹੈ ਕਿ ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ ਅੱਜ ਸੱਚ ਨਾਲ ਮੇਲ ਹੋ ਰਿਹਾ ਹੈ ਸੱਚ ਦੀਆਂ ਗੱਲਾਂ ਹੋ ਰਹੀਆਂ ਹਨ ਐਸਾ ਉਪਦੇਸ਼ ਸਤਿਗੁਰੂ ਸਾਧੂ ਰਾਮ ਜੀ ਦਾ ਐਸੀ ਸਮਝਾਉਣੀਆਂ ਸਾਡੇ ਅੰਦਰ ਕਿ ਅਗਰ ਕਿਨਕਾ ਮਾਤਰ ਸਾਡੇ ਅੰਦਰ ਪ੍ਰੈਕਟੀਕਲ ਆ ਜਾਏ ਤਾਂ ਇੱਕ ਇੱਕ ਦਾ ਜੀਵਨ ਪਲਟ ਜਾਏ ਅੱਜ ਉਹੀ ਬਖਸ਼ਿਸ਼ਾਂ ਸਤਿਗੁਰੂ ਜੀ ਵਰਤਾਉਣੇ ਆ ਰਹੇ ਹਨ ਅਤੇ ਉਹੀ ਬਖਸ਼ਿਸ਼ਾਂ ਅੱਜ ਸੰਗਤਾਂ ਲੁੱਟਣੇ ਆਈਆਂ ਹਨ ਆਓ ਸਾਰੇ ਕੀਰਤਨ ਦੇ ਵਿੱਚ ਜੁੜ ਜਾਈਏ ਇਹ ਦੋ ਪੰਕਤੀਆਂ ਫਿਰ ਪੜ੍ਹੀਏ ਅਤੇ ਫਿਰ ਸਮਾਪਤੀ ਉਪਰੰਤ ਸਤਿਕਾਰਯੋਗ ਗਜੇਂਦਰ ਕੁਮਾਰ ਜੀ ਡੇਰਾ ਸਤਿਗੁਰੂ ਭਗਵਾਨ ਦਾਸ ਜੀ ਖੁਰਜਾ ਦੇ ਹਜ਼ੂਰੀ ਰਾਗੀ ਉਹ ਆਪ ਜੀ ਨੂੰ ਕਥਾ ਕੀਰਤਨ ਦੁਆਰਾ ਨਿਹਾਲ ਕਰਨਗੇ ਉਹ ਸਾਰੇ ਪਿਆਰ ਨਾਲ ਪੜ੍ਹੀਏ ਸੋ ਤਨ ਤਨ ਹਮਾਰੇ ਪਾਗ ਤਨ ਤਨ ਹਮਾਰੇ ਪਾਗ ਪਵਿੱਤਰ ਕਰੋ ਤਨ ਤਨ ਸਤਿਗੁਰ ਸਾਧੂ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ ਤਨ ਤਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਤਨ ਤਨ ਸਾਹਿਬ ਸੰਤ ਮਾਤਾ ਜੀ
दीनु कोट कोट नमस्कार।